ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮ, ਹਜ਼ੂਰੀ ਰਾਗੀ ਤੇ ਪ੍ਰਚਾਰਕ ਵੀ ਹੁਣ ਜਥੇਦਾਰਾਂ ਦੇ ਵਿਰੋਧ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਏ ਨੇ। ਅੱਜ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੇਅਦਬੀ ਦੇ ਰੋਸ ਵਜੋਂ ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਮੌਕੇ ਜਥੇਦਾਰ ਗੁਰਬਚਨ ਸਿੰਘ ਅਤੇ ਮੁੱਖ ਸਕੱਤਰ ਹਰਚਰਨ ਸਿੰਘ ਸ਼ਾਮਲ ਹੋਣ ਪਹੁੰਚੇ ਸਨ, ਜਿੱਥੇ ਭੋਗ ਦੀ ਅਰਦਾਸ ਦੇ ਉਪਰੰਤ ਜਥੇਦਾਰ ਦਾ ਵਿਰੋਧ ਕਰਦਿਆਂ ਮੰਗ ਕੀਤੀ ਗਈ ਕਿ ਜਥੇਦਾਰ ਗੁਰਬਚਨ ਸਿੰਘ ਦੇ ਸਮੇਤ ਸਾਰੇ ਜਥੇਦਾਰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਅਤੇ ਆਪਣੇ ਗਲਾਂ ਵਿੱਚ ਮੁਆਫ਼ੀਨਾਮਾ ਲਟਕਾ ਕੇ ਸਮੂਹ ਸਿੱਖ ਸੰਗਤ ਤੋਂ ਮੁਆਫ਼ੀ ਮੰਗਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਸਿੰਘ ਸਾਹਿਬਾਨ ਦੇ ਵਿਰੁੱਧ ਸ਼ਰੇਆਮ ਬਗਾਵਤ ਕਰ ਦਿੱਤੀ ਹੈ। ਰੀਜ਼ਨ ਚਾਹੀਦਾ ਜਿਨ੍ਹਾਂ ਨੇ ਕੰਮ ਨੂੰ ਭੱਠੀ ਝੋਕਿਆ ਆ, ਸਾਡੇ ਪ੍ਰੋਗਰਾਮ ਚ ਬਹਿ ਗਿਆ, ਉਹ ਅਸਤੀਫਾ ਦੇਵੇ। ਗੱਲ ਚ ਫੱਟੀ ਪਾ ਕੇ ਕਹਿੰਦੇ ਮੈਂ ਕੌਮ ਦਾ ਗੁਨਾਹਗਾਰ ਆ, ਫਿਰ ਆਉਂਦਾ ਜੇ ਆਉਣਾ ਇਸਦੇ ਗੱਲ ਚ ਫੱਟੀ ਪਾ ਕੇ ਏਡਾ ਤਖਤਾ ਪਾ ਦੇਣਾ ਮੈਂ ਅਸੀਂ ਕੌਮ ਦਾ ਗੁਨਾਹਗਾਰ ਆ, ਫਿਰ ਅਸੀਂ ਉਹਨੂੰ ਨਾਲ ਲੈ ਕੇ ਤੁਰਦੇ। 4 ਅਕਤੂਬਰ ਤੋਂ ਮੇਰੀ ਡਿਊਟੀ ਕੱਟੀ ਗਈ ਹੈਗੀ ਆ, ਇਸ ਸੰਬੰਧ ਦੇ ਵਿੱਚ ਵੀ ਅਸੀਂ ਰੋਸ ਜਿਹੜਾ ਕਰਨਾ ਹੈਗਾ, ਜਿਹੜਾ ਸੱਚ ਬੋਲੇਗਾ ਤੇ ਉਹਦੀਆਂ ਡਿਊਟੀਆਂ ਕੱਟੀਆਂ ਜਾਂਦੀਆਂ। ਭਾਈ ਹਰਚਰਨ ਸਿੰਘ ਖਾਲਸਾ ਮੇਰਾ ਨਾਂ, ਅਸੀਂ ਵਿਰੋਧ ਕਰਦੇ ਹਾਂ ਤੇ ਰੋਸ ਮਾਰਚ ਦੇ ਵਿੱਚ ਪੂਰਾ ਤਨਦੇਹੀ ਦੇ ਨਾਲ ਅਸੀਂ ਸ਼ਾਮਲ ਹੈਗੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਹੋਈ ਨਰਾਦਰੀ ਦਾ ਡਟ ਕੇ ਵਿਰੋਧ ਕਰਦੇ। ਅਸਲ ਕਾਰਨ ਉਹੀ ਵਿਰੋਧ ਦਾ ਤੁਹਾਨੂੰ ਕਾਰਨ ਪਤਾ, ਵੀ ਇੱਥੇ ਸਿਰਫ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਤੇ ਸਮੂਹ ਸ਼ਹਿਰ ਦੇ ਕੀਰਤਨੀ ਜਥੇ ਤੇ ਸਮੁੱਚੀ ਸੰਗਤ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀਗਾ ਵੀ ਅਸੀਂ ਪਸ਼ਚਾਤਾਪ ਸ੍ਰੀ ਅਖੰਡਪੁਰ ਸਾਹਿਬ ਉਹ ਸਿਰੇ ਭੋਗ ਪਿਆ। ਉੱਥੇ ਸਿਰਫ ਗਿਆਨੀ ਜਗਤਾਰ ਸਿੰਘ ਜੀ ਪਹੁੰਚੇ ਨੇ ਲੁਧਿਆਣੇ ਵਾਲੇ ਤੇ ਉੱਥੇ ਜਥੇਦਾਰ ਸਾਹਿਬ ਨਹੀਂ ਆਏ ਕਿਉਂਕਿ ਬੁਲਾਇਆ ਨਹੀਂ ਸੀਗਾ। ਤੇ ਇੱਥੇ ਹੁਣ ਜਿਹੜਾ ਮੰਜੀ ਸਾਹਿਬ ਹਾਲ ਵਿਖੇ ਭੋਗ ਪਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਵੱਲੋਂ ਸੁੱਚਾ ਪਾਠ ਰੱਖਿਆ ਗਿਆ ਅਖੰਡਪੁਰ, ਉੱਥੇ ਜਥੇਦਾਰ ਸਾਹਿਬ ਆਏ ਨੇ ਹਾਜ਼ਰੀ ਰੋਪਰ ਆਪਣੇ ਆਪ ਆਏ ਨੇ, ਪਰ ਉਹਦਾ ਸਾਰੀ ਸੰਗਤ ਨੂੰ ਰੋਸ ਹੈ ਵੀ ਉਹ ਵਿੱਚ ਆ ਕੇ ਕਿਉਂ ਬੈਠੇ। ਜਿਹੜਾ ਸੱਚਾ ਸੌਦੇ ਨੂੰ ਮਾਫੀ ਦੇਣ ਤੋਂ ਕੰਮ ਇਹ ਤੁਰਿਆ ਸੀ, ਉਹਦੇ ਕਰਕੇ 2 ਸਿੰਘ ਸ਼ਹੀਦ ਹੋਏ ਸਾਡੇ, ਤੇ ਹੁਣ ਵੀ ਅਸੀਂ ਇਹਨੂੰ ਕਹਿੰਦੇ 1 ਮਿੰਟ ਨਾ ਲਾਵੇ, ਅਸਤੀਫਾ ਦੇਵੇ, ਖਾਲੀ ਕਰਨ ਗੁਰੂ ਸਾਹਿਬ ਦੀ ਜਗ੍ਹਾ ਜਿਹੜੀ ਆ, ਇੱਥੋਂ ਬਾਹਰ ਜਾਣ। ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸਿੰਘਾਂ ਨੂੰ ਲਾ ਕੇ, ਜਿਨ੍ਹਾਂ ਨੇ ਕੌਮ ਦਾ ਇਮਾਨ ਵੇਚਿਆ ਇਹਨਾਂ ਨੂੰ ਲਾ ਕੇ ਕਿਰਦਾਰ ਵਾਲੇ ਜਥੇਦਾਰ ਜਿਹੜੇ ਆ ਉਹ ਤੈਨਾਤ ਕੀਤੇ ਜਾਣ ਇੱਥੇ। ਇਸ ਤੋਂ ਘੱਟ ਸਾਡੀ ਕੋਈ ਮੰਗ ਨਹੀਂ, ਇਸ ਤੋਂ ਘੱਟ ਨਾ ਹੀ ਇਹਨਾਂ ਨੂੰ ਮੂੰਹ ਲਾਉਣਾ ਤੇ ਨਾ ਕਦੀ ਲਾਵਾਂਗੇ।